ਪਛਾਤਿਆਂ ਨੇ ਘਰ ਦੇ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਦੱਸ ਦਈਏ ਕਿ ਕੇਹਰ ਸਿੰਘ ਅਤੇ ਰਣਜੀਤ ਕੌਰ ਦੇ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ। ਕਤਲ ਦੇ ਕਾਰਨਾਂ ਦੇ ਬਾਰੇ ਪਤਾ ਨਹੀਂ ਲੱਗਿਆ। ਜਾਂਚ ਦੇ ਵਿੱਚ ਪੁਲਿਸ ਜੁਟੀ ਹੋਈ ਹੈ। ਤਾਂ ਵੱਡੀ ਖਬਰ ਹੈ, ਮਾਨਸਾ ਦੇ ਵਿੱਚ ਡਬਲ ਮਰਡਰ ਹੋਇਆ, ਦਿਓਰ ਤੇ ਭਰਜਾਈ ਦਾ ਕਤਲ ਕੀਤਾ ਗਿਆ ਹੈ ਔਰ ਕੇਹਰ ਸਿੰਘ ਅਤੇ ਰਣਜੀਤ ਕੌਰ ਦੇ ਵਜੋਂ ਇਹਨਾਂ ਦੋਵਾਂ ਦੀ ਪਛਾਣ ਹੋਈ ਹੈ। ਤਾਂ ਘਰ ਦੇ ਵਿੱਚ ਵੜ ਕੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਜੇ ਤੱਕ ਅਣਪਛਾਤਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਬਜ਼ੁਰਗ ਨੇ ਇਹ ਦੋਵੇਂ ਦਿਓਰ ਭਰਜਾਈ ਜਿਹਨਾਂ ਦਾ ਇਹ ਕਤਲ ਕੀਤਾ ਗਿਆ ਹੈ। ਦੱਸਦੇ ਕਿ ਕੇਹਰ ਸਿੰਘ ਹੈ, ਰਣਜੀਤ ਕੌਰ ਹੈ, ਦੋਵਾਂ ਦਾ ਕਤਲ ਕੀਤਾ ਗਿਆ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਡਬਲ ਮਰਡਰ ਦੀ ਖਬਰ ਆ ਰਹੀ ਹੈ। ਮਾਨਸਾ ਦਾ ਪਿੰਡ ਅਹਿਮਦਪੁਰ ਹੈ ਜਿੱਥੇ ਇਹ ਡਬਲ ਮਰਡਰ ਹੋਇਆ ਹੈ। ਦੋਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਘਰ ਦੇ ਵਿੱਚ ਵੜ ਕੇ ਦਿਓਰ ਭਰਜਾਈ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਮੁੱਢਲੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ। ਹਾਲਾਂਕਿ ਵਿਸਥਾਰ ਦੇ ਵਿੱਚ ਜਾਣਕਾਰੀ ਲਵਾਂਗੇ ਕਿ ਕਦੋਂ ਦੀ ਘਟਨਾ ਹੈ, ਕਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਉਸ ਵੇਲੇ ਬਾਕੀ ਦੇ ਪਰਿਵਾਰਕ ਮੈਂਬਰ ਕਿੱਥੇ ਸਨ, ਘਰ ਦੇ ਵਿੱਚ ਮੌਜੂਦ ਸਨ ਔਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਕਤਲ ਦੇ ਕਾਰਨਾਂ ਦੇ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਕਿਉਂ ਅਤੇ ਕਿਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਲਦੇਵ ਸ਼ਰਮਾ ਨੇ ਮੇਰੇ ਸਹਿਯੋਗੀ ਫੋਨ ਲਾਈਨ 'ਤੇ। ਬਲਦੇਵ, ਕੀ ਕੁਝ ਪੂਰੀ ਜਾਣਕਾਰੀ ਹੈ? ਵਾਕਈ ਹੈਰਾਨ ਕਰਦੀ ਹੈ ਘਟਨਾ ਡਬਲ ਮਰਡਰ ਦੀ। ਬਿਲਕੁਲ, ਦੱਸਣਾ ਚਾਹਾਂਗਾ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਅਹਿਮਦਪੁਰ ਹੈ ਜੀ, ਜਿੱਥੇ ਦੋਹਰੇ ਕਤਲਕਾਂਡ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ। ਦੱਸਦੇ ਹੈ ਕਿ ਬੀਤੀ ਰਾਤ ਦੀ ਜਿਹੜੀ ਇਹ ਘਟਨਾ ਹੈ, ਜਿੱਥੇ ਇੱਕ ਅਣਪਛਾਤੇ ਲੋਕਾਂ ਨੇ ਬਜ਼ੁਰਗ ਜੋੜੇ ਨੂੰ, ਜੋ ਭਰਜਾਈ ਲੱਗਦੀ ਹੈ ਕੇਹਰ ਸਿੰਘ ਅਤੇ ਰਣਜੀਤ ਕੌਰ, ਇਹਨਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਤੇਜ਼ ਹਥਿਆਰਾਂ ਨਾਲ ਕਤਲ ਕੀਤਾ ਗਿਆ ਕਿ ਦੇਖਿਆ ਨਹੀਂ ਜਾਂਦਾ ਸੀ। ਇਹ ਦ੍ਰਿਸ਼ ਐਡਾ ਭਿਆਨਕ ਦ੍ਰਿਸ਼ ਸੀਗਾ। ਹਾਲਾਂਕਿ ਆਲਾ ਅਧਿਕਾਰੀ ਹੈ ਜਿਹੜੇ, ਉਹ ਮੌਕੇ 'ਤੇ ਪਹੁੰਚੇ ਹੋਏ ਹੈ, ਪਰ ਹਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਥਿਉਰੀਆਂ 'ਤੇ ਕੰਮ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਦਾ ਘਰ ਹੈ ਜਿਹੜਾ ਸਾਈਡ 'ਤੇ ਹੈ, ਪਿੰਡ ਦੇ ਬਾਹਰੋਂ ਬਾਹਰ ਘਰ ਹੈ, ਜਿੱਥੇ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਵਾਰਦਾਤ ਕਿਸ ਤਰ੍ਹਾਂ ਹੋਈ ਹੈ। ਹਾਲਾਂਕਿ ਜਿਹੜੇ ਚਸ਼ਮਦੀਪ ਹੈ, ਉਹ ਦੱਸਦੇ ਹੈ ਕਿ ਰਾਤ ਸਮੇਂ ਬਾਹਰ ਤੋੜ ਕੇ ਹੈ ਜਿਹੜੇ ਕਾਤਲ ਹੈ, ਉਹ ਅੰਦਰ ਦਾਖਲ ਹੋਏ ਸੀ ਅਤੇ ਇਹਨਾਂ ਨੂੰ ਕਤਲ ਕਰਕੇ ਉਹ ਇਸੇ ਬਾਰ ਰਾਹੀਂ ਜਿਹੜੇ ਪਿੰਡ ਦੇ ਬਾਹਰ ਬਾਹਰ ਹੈ ਨਿਕਲ ਗਏ। ਪੁਲਿਸ ਕਹਿ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ, ਪਰੰਤੂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਬਲਦੇਵ ਉਸ ਵੇਲੇ ਕਿੱਥੇ ਸਨ? ਕੀ ਬਿਲਕੁਲ ਦੇਰ ਰਾਤ ਦੀ ਇਹ ਘਟਨਾ ਹੈ, ਕੀ ਕੋਈ ਗੁਆਂਢ ਦੇ ਵਿਚਕਾਰ ਹੋਏਗਾ ਜਾਂ ਕਿਸੇ ਕਿਸਮ ਦਾ ਕੋਈ ਕਲੂ ਮਿਲਿਆ ਹੋਏ ਹਲੇ ਤੱਕ ਕਿ ਇਹ ਲੁੱਟ ਦੀ ਨੀਅਤ ਦੇ ਨਾਲ ਕਤਲ ਹੋ ਸਕਦਾ ਜਾਂ ਕੋਈ ਰੰਜਿਸ਼ ਹੈ ਜਾਂ ਕਿਸੇ ਕਿਸਮ ਦਾ ਪਲੈਨਿੰਗ ਦੇ ਤਹਿਤ ਮਰਡਰ ਹੋਇਆ ਹੈ? ਦੇਖੋ, ਜਿੱਥੋਂ ਤੱਕ ਵਾਰਦਾਤ ਦੇ ਕਾਰਨਾਂ ਦਾ ਗੱਲ ਕੀਤੀ ਜਾ ਰਹੀ ਹੈ, ਉੱਥੇ ਲੁੱਟ ਵਾਲੀ ਵਾਰਦਾਤ ਹੈ ਜਿਹੜੀ ਸਾਹਮਣੇ ਨਹੀਂ ਆਈ, ਕਿਉਂਕਿ ਹੋ ਸਕਦਾ ਕੋਈ ਰੰਜਿਸ ਦਾ ਇਹ ਕੇਸ ਹੋਵੇ। ਤੇ ਜੋ ਪਰਿਵਾਰ ਦੀ ਗੱਲ ਕਰਦੇ ਉਹ ਨਾਲ ਬਿਲਕੁਲ ਪਏ ਸੀ, ਪਰ ਉਹਨਾਂ ਨੂੰ ਕਿਸੇ ਕਿਸਮ ਦੀ ਭਿਣਕ ਤੱਕ ਨਹੀਂ ਪਈ, ਨਾ ਰੋਣ ਦੀ ਨਾ ਚੀਖਣ ਦੀ। ਇਸ ਕਰਕੇ ਉਹਨਾਂ ਨੂੰ ਸੁਬਹ ਹੀ ਪਤਾ ਲੱਗਿਆ ਜਦੋਂ ਬਾਹਰ ਉਹਨਾਂ ਨੂੰ ਟੁੱਟਿਆ ਮਿਲਿਆ, ਤਾਂ ਕਿਤੇ ਜਾ ਕੇ ਇਸ ਗੱਲ ਦੀ ਤਸਦੀਕ ਹੋਈ ਕਿ ਇਹਨਾਂ ਦਾ ਕਤਲ ਹੈ ਜਿਹੜਾ ਰਲ ਕੀਤਾ ਗਿਆ। ਠੀਕ ਹੈ, ਬਿਲਕੁਲ ਬਲਦੇਵ, ਧੰਨਵਾਦ ਹੈ ਤਮਾਮ ਜਾਣਕਾਰੀ ਲਈ। ਤਾਂ ਅਜੇ ਇਹ ਗੁੱਥੀ ਬਿਲਕੁਲ ਅਣਸੁਲਝੀ ਹੈ, ਯਾਨੀ ਕਿ ਅਜੇ ਬਹੁਤ ਸਾਰੇ ਅਜਿਹੇ ਪਹਿਲੂ ਨੇ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਨੇ। ਤਾਂ ਪੁਲਿਸ ਹਰ ਪਹਿਲੂ ਤੋਂ ਜਾਂਚ ਕਰੇਗੀ, ਪਰ ਹੈਰਾਨੀਜਨਕ ਹੈ ਕਿ ਘਰ ਦੇ ਵਿੱਚ ਪਰਿਵਾਰਕ ਮੈਂਬਰ ਹੋਣ ਔਰ ਅਣਪਛਾਤੇ ਘਰ ਦਾ ਦਰਵਾਜ਼ਾ ਤੋੜ ਕੇ ਆਉਣ ਔਰ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਵੀ ਜਾਣ, ਤਾਂ ਇਹ ਪਤਾ ਨਾ ਲੱਗਿਆ ਹੋਵੇ ਔਰ ਸਵੇਰ ਵੇਲੇ ਪਤਾ ਲੱਗਿਆ ਹੋਵੇ ਕਿ ਘਰ ਦੇ ਵਿੱਚ ਦੋ ਜੀਆਂ ਦਾ ਕਤਲ ਹੋ ਗਿਆ ਹੈ ਔਰ ਇੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ। ਬਹੁਤ ਸਾਰੇ ਸਵਾਲ ਨੇ ਅਜੇ ਬਣੇ ਹੋਏ ਨੇ, ਤਾਂ ਜਿਨ੍ਹਾਂ ਨੂੰ ਲੈ ਕੇ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਬੇਹੱਦ ਹੀ ਬੇਰਹਿਮੀ ਦੇ ਨਾਲ ਦੇਰ ਰਾਤ ਘਟਨਾ ਨੂੰ ਅੰਜਾਮ ਦਿੱਤਾ ਗਿਆ।